ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਤੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਵਾਸ਼ਿੰਗਟਨ ਵਿੱਚ ਦੂਜੀ 2 ਦਿਨਾ ਜੀ20 ਐਫਐਮ ਸੀਬੀਜੀ ਬੈਠਕ ਦੀ ਸਾਂਝੀ ਪ੍ਰਧਾਨਗੀ ਕਰਨਗੇ ਜੀ20 ਮੈਂਬਰ ਦੇਸ਼ਾਂ 13 ਸੱਦੇ ਤੇ ਬੁਲਾਏ ਗਏ ਦੇਸ਼ਾਂ ਤੇ ਵੱਖ-ਵੱਖ ਅੰਤਰਰਾਸ਼ਟਰੀ ਤੇ ਖੇਤਰੀ ਸੰਗਠਨਾ ਦੇ ਲਗਭਗ 350 ਨੁਮਾਇੰਦੇ ਇਸ ਬੈਠਕ ਵਿੱਚ ਸ਼ਾਮਲ ਹੋਣਗੇ ਤੇ ਆਲਮੀ ਮੁੱਦਿਆਂ ਦੇ ਵਿਆਪਕ ਸੰਦਰਭ ਵਿੱਚ ਦਵਲੀਆਂ ਬੈਠਕਾਂ ਵਿੱਚ ਹਿੱਸਾ ਲੈਣਗੇ ਦੂਜੀ ਜੀ20 ਅਫਮਸੀ ਬੀਜੀ ਬੈਠਕ ਦੇ ਤਿੰਨ ਸੈਸ਼ਨ ਹੋਣਗੇ ਜਿਨ੍ਹਾਂ ਵਿੱਚ ਆਲਮੀ ਅਰਥ ਵਿਵਸਥਾ ਅਤੇ ਅੰਤਰਰਾਸ਼ਟਰੀ مالی ਪ੍ਰਬੰਧ ਟਿਕਾਊ ਵਿੱਤ ਅਤੇ مالی ਖੇਤਰ ਵਰਗੇ ਵਿਸ਼ੇ ਸ਼ਾਮਲ ਨੇ ਇਨ੍ਹਾਂ ਸੈਸ਼ਨਾਂ ਦਾ ਵਿਸ਼ੇਸ਼ ਫੋਕਸ ਖੁਰਾਕ ਅਤੇ ਊਰਜਾ ਅਸੁਰੱਖਿਆ ਦੀ ਸਮੱਸਿਆ ਦਾ ਹੱਲ ਕਰਨਾ ਆਲਮੀ ਕਰਜ਼ਾ ਕਮਜ਼ੋਰੀਆਂ ਦਾ ਪ੍ਰਬੰਧਨ ਕਰਨਾ ਤੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ਕਰਨਾ ਹੈ ਕਜ਼ਾਨਾ ਮੰਤਰੀ ਨਿਰਮਲਾ ਸੀ타 ਰਮਨ ਨੇ ਵਾਸ਼ਿੰਗਟਨ ਡੀਸੀ ਵਿੱਚ ਆਈਐਮਐਫ ਦੀ ਉਪ ਪ੍ਰਬੰਧ ਨਿਰਦੇਸ਼ਕ ਗੀਤਾ ਗੋਪੀਨਾਥ ਨਾਲ ਵੀ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੇ ਵਿੱਤੀ ਖੇਤਰ ਤਨਾਕ ਸਿੱਕੇ ਦੀ ਪਸਾਰدار ਵਰਗੇ ਮੁੱਦਿਆਂ ਤੇ ਚਰਚਾ ਕੀਤੀ